हेलो फ्रेंड्स टुडेस टॉपिक इज डिस्क्राइब अ पीस ऑफ टेक्नोलॉजी दैट यू फाइंड डिफिकल्ट टू यूज कोई टेक्नोलॉजी बारे डिस्क्राइब ਕਰੋ ਜਿਹੜੀ ਕਿ ਤੁਹਾਨੂੰ ਯੂਜ਼ ਕਰਨੀ ਔਖੀ ਲੱਗਦੀ ਹੈ सो इट्स द क्यूज ਹੈਗੇ व्हेन डिड यू गेट इट ਕਦੋਂ ਇਹ ਤੁਸੀਂ ਪ੍ਰਾਪਤ ਕੀਤੀ ਬਟ ਡਿਡ ਯੂ ਗੈਟ ਇਟ ਫॉर ਕਿਦੇ ਲਈ ਹੈ ਤੁਸੀਂ ਖਰੀਦੀ ਐਂਡ ਹਾਉ ਆਫਨ ਡੂ ਯੂ ਯੂਜ਼ ਇਟ ਕਦੋਂ ਯੂਜ਼ ਕਰਦੇ ਹੋ ਤੁਸੀਂ ਇਹਨੂੰ ਐਂਡ ਹਾਉ ਡੂ ਯੂ ਫੀਲ ਅਬਾਊਟ ਇਟ ਇਸ ਬਾਰੇ ਤੁਸੀਂ ਕਿਵੇਂ ਫੀਲ ਕਰਦੇ ਹੋ ਸੋ लेट्स गेट स्टार्टेड ਵੈਲ ਆਈ ਯੂਜ਼ ਟੈਕਨੋਲੋਜੀਜ਼ ਲਾਈਕ ਮੋਬਾਈਲ ਫੋਨ ਲੈਪਟਾਪ ਵਿਚ ਆਰ ਕੁਆਇਟ ਈਜ਼ੀ ਟੂ ਯੂਜ਼ ਮੈਂ ਟੈਕਨੋਲੋਜੀ ਯੂਜ਼ ਕਰਦਾ ਜਿਵੇਂ ਕਿ ਮੋਬਾਈਲ ਫੋਨ ਲੈਪਟਾਪ ਐਂਡ ਇਹ ਈਜ਼ੀ ਆ ਯੂਜ਼ ਕਰਨੇ ਬਟ ਟੂਡੇ ਆਈ ਵਿਲ ਲਾਈਕ ਟੂ ਟਾਕ ਅਬਾਊਟ ਅ ਟੈਕਨੋਲੋਜੀ ਵਿਚ ਆਈ ਫਾਊਂਡ ਡਿਫਿਕਲਟ ਟੂ ਯੂਜ਼ ਐਂਡ ਦੈਟ ਇਜ਼ ਡੀਐਸਐਲਆਰ ਕੈਮਰਾ ਆਫ ਕੈਨਨ ਬ੍ਰਾਂਡ ਪਰ ਅੱਜ ਮੈਂ ਉਸ ਟੈਕਨੋਲੋਜੀ ਬਾਰੇ ਗੱਲ ਕਰਨ ਜਾ ਰਿਹਾ ਜੋ ਕਿ ਮੈਨੂੰ ਬਹੁਤ ਔਖਾ ਲੱਗਿਆ ਫਸਟ ਟਾਈਮ ਯੂਜ਼ ਕਰਨਾ ਐਂਡ ਉਹ ਜਿਹੜੀ ਟੈਕਨੋਲੋਜੀ ਹੋ ਗਈ ਡੀਐਸਐਲਆਰ ਕੈਮਰਾ ਕੈਨਨ ਬ੍ਰਾਂਡ ਦਾ ਐਜ਼ ਆਮ ਪੈਸ਼ਨਟ ਅਬਾਊਟ ਫੋਟੋਗ੍ਰਾਫੀ ਸੋ ਲਾਸਟ ਮੰਥ ਆਈ ਬੌਟ ਆ ਡੀ ਐਸ ਐਲ ਆਰ ਕੈਮਰਾ ਸੋ ਜਿਵੇਂ ਕਿ ਮੈਨੂੰ ਪੈਸ਼ਨਟ ਆ ਮੈਂ ਫੋਟੋਗ੍ਰਾਫੀ ਨੂੰ ਲੈ ਕੇ ਬਹੁਤ ਪੈਸ਼ਨ ਹੈ ਮੈਨੂੰ ਸੋ ਲਾਸਟ ਮੰਥ ਮੈਂ ਇਹ ਕੈਮਰਾ ਖਰੀਦਿਆ ਆਲਦੋ ਆਈ ਹੈਵ ਅ ਸਿੰਪਲ ਕੈਮਰਾ ਬਟ ਇਟ ਡਸਨਟ ਕਲਿੱਕ ਪਿਕਚਰਸ ਆਫ ਬੈਟਰ ਕੁਆਲਿਟੀ ਐਂਡ ਬਨ ਆਫ ਮਾਈ ਫਰੈਂਡਸ ਰეკਮੈਂਡਡ ਮੀਟ ਫੋਰ ਕੈਨਨ ਡੀ ਐਸ ਐਲ ਆਰ ਕੈਮਰਾ ਪਾ ਮੇਰੇ ਕੋਲ ਸਿੰਪਲ ਕੈਮਰਾ ਹੈ ਪਰ ਉਹ ਇਸ ਤਰ੍ਹਾਂ ਵੀ ਮਤਲਬ ਕਿ ਵਧੀਆ ਕੁਆਲਿਟੀ ਦੀ ਪਿਕਚਰਸ ਨਹੀਂ ਕਲੇ ਕਰਦਾ ਸੋ ਮੇਰੇ ਇੱਕ ਫਰੈਂਡ ਨੇ ਰეკਮੈਂਡ ਕੀਤਾ ਮੈਨੂੰ ਆ ਡੀਐਸਐਲਆਰ ਕੈਮਰਾ ਬਾਰੇ ਆਫਟਰ ਬਾਇੰਗ ਇਟ ਆਈ ਟ੍ਰਾਈ ਟੂ ਅੰਡਰਸਟੈਂਡ ਇਟਸ ਫੀਚਰਸ ਇਸ ਨੂੰ ਕਿਦਨ ਤੋਂ ਬਾਅਦ ਮੈਂ ਟਰਾਈ ਕੀਤਾ ਇਹਦੇ ਫੀਚਰਸ ਨੂੰ ਸਮਝਣ ਲਈ ਬਟ ਇਟ ਹੈਜ਼ ਰੀਲੀ ਕੰਪਲੈਕਸ ਫੀਚਰਸ ਬਟ ਇਸ ਦੇ ਬਹੁਤ ਹੀ ਕੰਪਲੈਕਸ ਫੀਚਰਸ ਹੈਗੇ ਆ ਐਂਡ ਆਈ ਫਾਊਂਡ ਇਟ ਚੈਲੈਂਜਿੰਗ ਟੂ ਗੈਟ ਅਕੁਐਂਟਡ ਵਿਦ ਇਟ ਤੇ ਮੈਨੂੰ ਬਹੁਤ ਔਖਾ ਲੱਗਿਆ ਇਹਦੇ ਜਿਹੜੇ ਫੀਚਰਸ ਹਨ ਉਹਨਾਂ ਬਾਰੇ ਜਾਣੂ ਹੋ ਐਕਚੁਅਲੀ ਇਟ ਹੈਜ਼ ਲੈਂਸਸ ਐਂਡ ਸੈਂਸਰਸ ਵਿਚ ਪਲੇ ਅ ਮੇਜਰ ਰੋਲ ਵਾਈਲ ਕਲਿੱਕਿੰਗ ਪਿਕਚਰਸ ਇਹਦੇ ਵਿੱਚ ਲੈਂਸਸ ਹੁੰਦੇ ਆ ਸੈਂਸਰ ਹੁੰਦਾ ਜਿਹੜੋ ਕਿ ਬਹੁਤ ਹੀ ਵੱਡਾ ਰੋਲ ਪਲੇ ਕਰਦਾ ਤੁਸੀਂ ਪਿਕਚਰਸ ਕਲਿੱਕ ਕਰਦੇ ਆ ਇਹ ਵੀ ਯੂਜ਼ ਲਾਰਜਰ ਸੈਂਸਰ ਵੀ ਕੈਨ ਕਲਿੱਕ ਬੈਸਟ ਕੁਆਲਿਟੀ ਇਮੇਜਸ ਦੇ ਜੇਕਰ ਅਸੀਂ ਲਾਰਜਰ ਸੈਂਸਰ ਯੂਜ਼ ਕਰਦੇ ਆ ਤਾਂ ਉਨਾ ਹੀ ਵਧੀਆ ਕੁਆਲਿਟੀ ਦੀ ਇਮੇਜਸ ਆਉਣੀਆਂ ਮਤਲਬ ਜਿੱਡਾ ਕਿ ਵੱਡਾ ਸੈਂਸਰ ਹੋ ਉੰਨੀ ਹੀ ਵਧੀਆ ਕੁਆਲਿਟੀ ਦੀ ਪਿਕਚਰ ਪਿਕਚਰ ਆਊਗੀ At first I searched on the internet about all the ins and outs of this technology but all went in mean mm -hmm. Sab to pehla main ede bare search kitta internet te ede ins and outs bare but sab kuch vyarth gaya means mainu kuch pata nahi lagya After that I met some professional photographers then I got some tips but learning all things regarding it was really irritating Us to baad main kuch professional photographers naal milya and uh, then mainu kuch tips mile ਬਟ ਜਿਹੜੀਆਂ ਇਹ ਚੀਜ਼ਾਂ ਸਿੱਖਣ ਬਾਰੇ ਜੋ ਵੀ ਇਹ ਕੈਮਰਾ ਬਾਰੇ ਸੀ ਇਹ ਬਹੁਤ ਹੀ ਇਰੀਟੇਟਿੰਗ ਸੀ ਅਦਰ ਯੂਸ ਟੂ ਥਿੰਕ ਦਰ ਯੂਜ਼ਿੰਗ ਅ ਕੈਮਰਾ ਇਜ਼ ਸਿੰਪਲ ਬਟ ਇਟਸ ਨਾਟ ਅ ਪੀਸ ਆਫ ਕੇਕ ਟੂ ਲਰਨ ਅਬਾਊਟ ਕੈਮਰਾ ਬਿਕਾਜ਼ ਇਟਸ ਨਾਟ ਦ ਸੇਮ ਐਸ ਲਰਨਿੰਗ ਟੂ ਡਰਾਈਵ ਅ ਕਾਰ ਔਰ ਮੈਥਮੈਟਿਕਸ ਪਹਿਲਾ ਮੈਂ ਇਹ ਸੋਚਦਾ ਹੁੰਦਾ ਸੀ ਕਿ ਵੀ ਜਿਹੜਾ ਹੈਗਾ ਕੈਮਰਾ ਨੂੰ ਸਿੱਖਣਾ ਬਹੁਤ ਸਿੰਪਲ ਹੈ ਬਟ ਇਹ ਇੰਨਾ ਵੀ ਸੌਖਾ ਨਹੀਂ ਹੈਗਾ ਇਟਸ ਨਾਟ ਅ ਪੀਸ ਆਫ ਕੇਕ ਮਤਲਬ ਇੰਨਾ ਵੀ ਸੌਖਾ ਨਹੀਂ ਇਹ ਇਹਨੂੰ ਕੈਮਰਾ ਸਿੱਖਣ ਬਾਰੇ ਕਿਉਂਕਿ ਇਹ ਉਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਆਪਾਂ ਕਾਰ ਡਰਾਈਵ ਕਰਨਾ ਸਿੱਖ ਲਿਆ ਜਾਂ ਮੈਥਮੈਟਿਕਸ ਬਾਰੇ ਕੁਝ ਸਿੱਖ ਲਿਆ ਇਟ ਇਜ਼ ਐਨ ਆਰਟ ਐਂਡ ਅ ਕੰਪਲੈਕਸ ਪ੍ਰੋਸੈਸ ਐਜ਼ ਵੈਲ ਇੱਕ ਆਰਟ ਹੈ ਐਂਡ ਕੰਪਲੈਕਸ ਪ੍ਰੋਸੈਸ ਵੀ ਹੈ ਹੀ ਐਸ ਨਾਉ ਆਈ ਹੈਵ ਇਨਫ ਨੋਲੇਜ ਹਾਊ ਟੂ ਯੂਜ਼ ਡੀ ਐਸ ਐਲ ਆਰ ਐਂਡ ਆ ਯੂਜ਼ ਇਟ ਵੈਨ ਆਈ ਵਿਜ਼ਿਟ ਨਿਊ ਪਲੇਸਸ ਐਂਡ ਇਨ ਫੈਕਟ ਨੈਕਸਟ ਮੰਥ ਆਮ ਪਲੈਨਿੰਗ ਟੂ ਵਿਜ਼ਿਟ ਦਿੱਲੀ ਵਿਦ ਮਾਈ ਫਰੈਂਡਸ ਐਂਡ ਆਈ ਵਿਲ ਯੂਜ਼ ਮਾਈ ਕੈਮਰਾ ਫਾਰ ਕਲਿੱਕਿੰਗ ਪਿਕਚਰਸ ਥੇਅਰ ਹੁਣ ਜਦ ਕਿ ਮੈਨੂੰ ਇੰਨੀ ਨੋਲੇਜ ਆ ਗਈ ਹੈ ਕਿ ਮੈਂ ਇਹ ਡੀ ਐਸ ਐਲ ਕੈਮਰਾ ਯੂਜ਼ ਕਰਨ ਬਾਰੇ ਸੋ ਮੈਂ ਯੂਜ਼ ਕਰਦਾ ਜਦੋਂ ਵੀ ਮੈਂ ਨਵੀਆਂ ਪਲੇਸਸ ਤੇ ਜਾਣਾ ਇਨਫੈਕਟ ਨੈਕਸਟ ਮੰਥ ਮੈਂ ਪਲਾਨ ਕਰ ਰਹੀ ਹਾਂ ਡੇਲੀ ਵਿਜ਼ਿਟ ਕਰਨਾ ਮੇਰੇ ਫਰੈਂਡਸ ਨਾਲ ਸੋ ਮੈਂ ਇਹ ਕੈਮਰਾ ਯੂਜ਼ ਕਰਨਾ ਉਸ ਟਾਈਮ ਪਿਕਚਰਸ ਕਲਿੱਕ ਕਰਨ ਵਾਸਤੇ ਐਸ ਫਾਰ ਐਸ ਮਾਈ ਫੀਲਿੰਗਸ ਆਰ ਕਨਸਰਨਡ ਆਈ ਫੈਲਟ ਕੁਆਇਟ ਹੈਪੀ ਐਸ ਨਾਓ ਆਈ ਗਾਟ ਕੈਂਟਡ ਵਿਦ ਆਲ ਦਾ ਫੀਚਰਸ ਆਫ ਥਿਸ ਟੈਕਨੋਲੋਜੀ ਡਿਸਪਾਈਟ ਫੇਸਿੰਗ ਸਮ ਪ੍ਰੋਬਲਮਸ ਐਟ ਫਸਟ ਜੇਕਰ ਮੈਂ ਮੇਰੇ ਫੀਲਿੰਗਸ ਦੀ ਗੱਲ ਕਰਾਂ ਤਾਂ ਮੈਂ ਬਹੁਤ ਖੁਸ਼ ਹਾਂ ਹੁਣ ਕਿਉਂਕਿ ਮੀਨਸ ਮੈਂ ਇਹਦੇ ਸਾਰੇ ਫੀਚਰਸ ਬਾਰੇ ਮੈਨੂੰ ਜਾਣੂ ਹੋ ਗਿਆ ਮੈਂ ਹੁਣ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਇਸ ਟੈਕਨੋਲੋਜੀ ਬਾਰੇ ਭਾਵੇਂ ਕਿ ਮੈਨੂੰ ਕੁਝ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਮੈਂ ਇਹ ਸਟਾਰਟ ਕੀਤਾ ਸੀ ਫਸਟ ਸਿੱਖਣਾ ਇਸ ਬਾਰੇ ਐਸ ਦਿਸ ਕੈਮਰਾ ਗੀਵਸ ਬੈਟਰ ਰੈਜ਼ੋਲੂਸ਼ਨ ਐਂਡ ਕਲੈਰਿਟੀ ਐਸ ਵੈਲ ਐਸ ਯੂ ਕੈਨ ਫੋਕਸ ਕੁਇਕਲੀ ਔਨ ਐਨੀ ਆਬਜੈਕਟ ਜਿਹੜਾ ਇਹ ਕੈਮਰਾ ਇਹ ਬੈਟਰ ਰੈਜ਼ੋਲੂਸ਼ਨ ਦਿੰਦਾ ਹੈ ਬੈਟਰ ਕਲੈਰਿਟੀ ਦਿੰਦਾ ਪਿਕਚਰਸ ਵਧੀਆ ਕਲੀਅਰ ਆਉਂਦੀਆਂ ਤੇ एगेट यू कैन फोकस क्विकली ऑन एनी ऑब्जेक्ट ਮਦਰ ਤੁਸੀਂ ਫੋਕਸ ਵੀ ਕਰ ਸਕਦੇ ਹੋ इजीली ਕਿਸੇ ਵੀ ਆਬਜੈਕਟ ਦੇ ਜਦੋਂ ਤੁਸੀਂ ਪਿਕਚਰ ਕਲਿੱਕ ਕਰਨੀ ਹੈ ਸੋ दैट इज अ ਟੈਕਨੋਲੋਜੀ ਵਿਚ ਆ ਫਾਊਂਡ ਡਿਫਿਕਲਟੀ ਡਿਫਿਕਲਟ ਟੂ ਯੂਜ਼ ਸੋ ਇੱਕ ਟੈਕਨੋਲੋਜੀ ਜੋ ਕਿ ਮੈਨੂੰ ਔਖੀ ਲੱਗੀ ਸੀ ਸਿੱਖਣੀ ਯੂਜ਼ ਕਰਨੀ ਸੋ ਗਾਇਸ ਦੈਟਸ ਆਲ ਥੈਂਕਸ ਫॉर ਵਾਚਿੰਗ ਮਾਈ ਵੀਡੀਓ